ਸਤਿ ਸ੍ਰੀ ਅਕਾਲ ਦੋਸਤੋ ਮੈਂ ਚਾਨਪੜ ਕਸ਼ਮੀਰ ਮੋਬਾਈਲ ਤੋਂ ਤੇ ਅੱਜ ਮੈਂ ਤੁਹਾਡੇ ਐਸ ਬੜੀ ਸਪੈਸ਼ਲ ਵੀਡੀਓ ਲੈ ਕੇ ਆਇਆ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਆਈਫੋਨ 11 ਦੀ ਸੈਕੰਡ ਹੈਂਡ ਪ੍ਰਾਈਸ ਦੇ ਬਾਰੇ ਵਿੱਚ ਤੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਜਿਹੜੇ ਮੇਰੇ ਦੋਸਤ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਨੇ ਤੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਸਬਸਕ੍ਰਾਈਬ ਕਰਨ ਨਾਲ ਬੈਲ ਆਈਕਨ ਤੇ ਕਲਿੱਕ ਕਰਨ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤੇ ਸ਼ੁਰੂ ਕਰਨਾ ਹੈ ਦੋਸਤੋ ਅੱਜ ਦੇ ਵੀਡੀਓ ਦੋਸਤੋ ਜੇ ਆਈਫੋਨ ਦੀ ਸੇਲ ਪਰ ਚੇਤ ਦੀ ਗੱਲ ਕੀਤੀ ਜਾਏ ਤਾਂ ਸਭ ਤੋਂ ਪਹਿਲੇ ਆਈਫੋਨ ਦੀ ਓਵਰਆਲ ਕੰਡੀਸ਼ਨ ਵੇਖੀ ਜਾਂਦੀ ਏ ਜੇ ਦੋਸਤੋ ਆਈਫੋਨ 11 ਦੀ ਕੰਡੀਸ਼ਨ ਦੀ ਗੱਲ ਕੀਤੀ ਜਾਏ ਤੇ ਬੈਕ ਦੋਸਤੋ ਬਿਲਕੁਲ ਇਹਦੀ ਸਾਫ਼ ਸੁਥਰੀ ਏ ਬਿਲਕੁਲ ਹੀ ਸਾਫ਼ ਸੁਥਰੀ ਨਾ ਸਕ੍ਰੈਚ ਨਾ ਡਾਟ ਕੋਈ ਚੀਜ਼ ਨਹੀਂ ਜੇ ਦੋਸਤੋ ਆਈਫੋਨ 11 ਜਿਹੜਾ ਮੇਰੇ ਕੋਲ ਇਸ ਟਾਈਮ ਮੌਜੂਦ ਏ ਇਹਦੇ ਕੜੇ ਦੀ ਗੱਲ ਕੀਤੀ ਜਾਏ ਤੇ ਬਿਲਕੁਲ ਸਾਫ਼ ਸੁਥਰਾ ਕੜਾ ਵੇ ਬਿਲਕੁਲ ਹੀ ਸਾਫ਼ ਸੁਥਰਾ ਤੇ ਛੋਟਾ ਜਿਹਾ ਇੱਕ ਥੱਲੇ ਵਾਲੀ ਸਾਈਡ ਤੇ ਸਪੀਕਰ ਗ੍ਰਿਲ ਦੇ ਕੋਲ ਕਰਕੇ ਡਾਟੇ ਜੇ ਕੈਮਰੇ ਤੇ ਤੁਸੀਂ ਵੇਖ ਸਕੋ ਤੇ ਦੋਸਤੋ ਜੇ ਬਾਕੀ ਕੜੇ ਦੀ ਗੱਲ ਕੀਤੀ ਤੇ ਬਿਲਕੁਲ ਸਾਫ਼ ਹੈ ਤੇ ਉਤਲੀ ਸਾਈਡ 'ਲ ਛੋਟਾ ਜਿਹਾ ਡੈਂਟ ਮੌਜੂਦ ਹੈ ਬਿਲਕੁਲ ਛੋਟਾ ਜਿਹਾ ਬਾਕੀ ਬੈਕ ਬਿਲਕੁਲ ਸਾਫ ਸੁਥਰੀ ਹੈ ਕੈਮਰਾ ਗਲਾਸ ਬਿਲਕੁਲ ਸਾਫ ਸੁਥਰਾ ਹੈ ਬਾਕੀ ਫੋਨ ਦਾ ਕੜਾ ਬਿਲਕੁਲ ਸਾਫ ਸੁਥਰਾ ਹੈ ਜੇ ਦੋਸਤੋ ਆਈਫੋਨ 11 ਦੀ ਓਵਰਆਲ ਕੰਡੀਸ਼ਨ ਦੀ ਗੱਲ ਕੀਤੀ ਜਾਏ ਤਾਂ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਤੁਹਾਡੇ ਕੋਲ ਮੌਜੂਦ ਹੈ ਤੇ 95% ਇਹਦੀ ਸਾਫ ਸੁਥਰੀ ਕੰਡੀਸ਼ਨ ਨੇ 100 ਦੇ ਵਿੱਚੋਂ ਬਿਲਕੁਲ ਸਾਫ ਸੁਥਰਾ ਫੋਨ ਹੈ ਦੋਸਤੋ ਐ ਵਾਲੇ ਵੇਰੀਐਂਟ ਦੀ ਗੱਲ ਕੀਤੀ ਜਾਏ ਤੇ ਬਲੈਕ ਕਲਰ ਦੇ ਵਿੱਚ 4 ਜੀਪੀ ਰੈਮ 64 ਜੀਪੀ ਵਾਲੇ ਵੇਰੀਐਂਟ ਦੇ ਵਿੱਚ ਮੇਰੇ ਕੋਲ ਅਵੇਲੇਬਲ ਹੈ ਜੇ ਦੋਸਤੋ ਸੇਮ ਦੀ ਗੱਲ ਕੀਤੀ ਜਾਏ ਤੇ ਡਬਲ ਸਿਮ ਵੇਰੀਐਂਟ ਇੱਕ ਸਿਮ ਫਿਜ਼ੀਕਲ ਤੇ ਇੱਕ ਈ ਸਿਮ ਦੀ ਸਹੂਲਤ ਮੌਜੂਦ ਹੈ ਜੇ ਦੋਸਤੋ ਬੈਟਰੀ ਬੈਕਅਪ ਦੀ ਗੱਲ ਕੀਤੀ ਜਾਏ ਤੇ ਇਹਦੇ ਅੰਦਰ 3310 ਐਮਏਐਚ ਦੀ ਬੈਟਰੀ ਲਾਈ ਗਈ ਹੈ ਤੇ ਇਸ ਟਾਈਮ ਇਹਦੀ ਬੈਟਰੀ ਹੈਲਥ 90% ਮੌਜੂਦ ਹੈ ਤੇ ਦੋਸਤੋ ਆਈਫੋਨ 11 ਫਾਸਟ ਚਾਰਜਿੰਗ ਵੀ ਸਪੋਰਟ ਕਰਦਾ ਹੈ ਦੋਸਤੋ ਜੇ ਆਈਫੋਨ 11 ਦੇ ਕੈਮਰੇ ਦੀ ਗੱਲ ਕੀਤੀ ਜਾਏ ਤੇ ਬੈਕ ਤੇ ਹਨ ਡਿਊਲ ਕੈਮਰਾ ਸੈਟਅਪ ਵੇਖਣ ਨੂੰ ਮਿਲੇਗਾ ਜਿੱਦਾ ਮੇਨ ਕੈਮਰਾ ਸੈਂਸਰ 12 ਮੈਗਾਪਿਕਸਲ ਅਲਟਰਾ ਵਾਈਡ ਕੈਮਰਾ 12 ਮੈਗਾਪਿਕਸਲ ਜਿੱਦੇ ਤੋਂ ਅਸੀਂ ਪੋਰਟਰੇਟ ਮੋਡ ਦੀ ਫੋਟੋ ਵੀ ਖਿੱਚ ਸਕਨੇ ਆ ਦੋਸਤੋ ਜੇ ਤੇ ਕੈਮਰਾ ਦੀ ਗੱਲ ਕੀਤੀ ਜਾਏ ਦੂਸਰੀ ਕੰਪਨੀਆਂ ਆ ਨਹੀਂ ਐ ਕਿ 48 ਮੈਗਾਪਿਕਸਲ 48 ਮੈਗਾਪਿਕਸਲ ਪਰਫਾਰਮੈਂਸ ਬਿਲਕੁਲ ਜ਼ੀਰੋ ਇਹਦੀ ਪਰਫਾਰਮੈਂਸ 100% ਕੈਮਰੇ ਬਿਲਕੁਲ オリジナル ਹੁੰਦੇ ਨੇ ਜੇ ਦੋਸਤੋ ਇਹਦੇ ਫਰੰਟ ਡਿਸਪਲੇ ਦੀ ਗੱਲ ਕੀਤੀ ਜਾਏ ਤੇ 6.1 ਇੰਚ ਦਾ ਇਹਦੇ ਵਿੱਚ ਡਿਸਪਲੇ ਲਾਇਆ ਗਿਆ ਹੋਵੇ ਨਾ ਡਿਸਪਲੇ ਤੁਹਾਨੂੰ ਵੇਖਣ ਨੂੰ ਮਿਲੇਗਾ ਦੋਸਤੋ ਇਹਦੀ ਨਾ ਡਿਸਪਲੇ ਦੇ ਉਤਲੀ ਸਾਈਡਲ ਹਾਨੂੰ ਇੱਕ 12 ਮੈਗਾਪਿਕਸਲ ਦਾ ਫਰੰਟ ਕੈਮਰਾ ਵੇਖਣ ਨੂੰ ਮਿਲੇਗਾ ਜੇ ਦੋਸਤੋ ਇਹ ਵਾਲੇ ਆਈਫੋਨ 11 ਦੀ ਕੀਤੀ ਜਾਏ ਤੇ ਇਹ ਵਾਲੇ ਆਈਫੋਨ ਦੇ ਨਾਲ ਬਿਲਕੁਲੀ ਕੋਈ ਐਸੈਸਰੀ ਨਹੀਂ ਆਈ ਨਾ ਚਾਰਜਰ ਆਈਏ ਨਾ ਹੈਂਡਫਰੀ ਹੈ ਨਾ ਬਾਕਸ ਹੈ ਇਹ ਜਸਟ ਸਾਡੇ ਕੋਲ ਕਿਟ ਮੌਜੂਦ ਹੈ ਸਾਫ ਸੁਥੀ ਕੰਡੀਸ਼ਨ ਦੇ ਵਿੱਚ 95% ਜਿਹੜੀ ਇਹਦੀ ਕੰਡੀਸ਼ਨ ਨੇ ਤੇ ਬੈਟਰੀ 90 ਹੈਲਥ ਹੈ ਸਾਫ ਸੁਥਰਾ ਬਿਲਕੁਲ ਇਹਦਾ ਬੈਕਅਪ ਨਾ ਖੁੱਲੇ ਆਇਆ ਨਾ ਡੁੱਲਿਆ ਬਿਲਕੁਲ ਓਕੇ 100% ਗਾਰੰਟੀ ਦੇ ਨਾਲ ਮੌਜੂਦ ਹੈ ਤੇ ਜੇ ਇਹਦੀ ਮਾਰਕੀਟ ਵੈਲਿਊ ਦੀ ਗੱਲ ਕੀਤੀ ਜਾਏ ਤੇ 80000 ਰੁਪਏ ਐਸ ਫੋਨ ਦੀ ਮਾਰਕੀਟ ਵੈਲਿਊ ਵੇ ਆਈ ਆਈਫੋਨ 11 ਚੋਂਟ ਜੀਪੀ ਵਾਲਾ ਵੈਰੀਐਂਟ ਹਾਲੀ ਕਿਟ ਸਾਫ ਸੁਤਰਾ 95 ਕੰਡੀਸ਼ਨ 90 ਬੈਟਰੀ ਹੈਲਥ ਦੇ ਨਾਲ 80000 ਮਾਰਕੀਟ ਵੈਲਿਊ ਇਹਦੀ ਇਸ ਟਾਈਮ ਮੌਜੂਦ ਹੈ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਸਾਡੀ ਕੈਸੀ ਲੱਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਲਾਜ਼ਮੀ ਦੱਸਿਆ ਜੇ ਨਾ ਲੈ ਵੀ ਦੱਸੋ ਕਿ ਤੁਹਾਨੂੰ ਆਈਫੋਨ 11 ਇਹ ਕਿੰਜ ਦਾ ਲੱਗਾ ਆਵਰ ਪ੍ਰਾਈਸ ਤੇ ਨਹੀਂ ਹੈ ਕੰਡੀਸ਼ਨ ਕਿਹੋ ਜੀ ਲੱਗੀ ਜੇ ਤੁਹਾਡੇ ਕੋਲ ਇਸ ਤੋਂ ਅੱਛੀ ਕੋਈ ਰਾਏ ਵੇ ਤੇ ਉਹ ਵੀ ਮੈਨੂੰ ਦਵੋ ਜ਼ਰੂਰ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰੋ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੇ ਮਿਲਨੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਅੱਲਾਹ ਹਾਫਿਜ਼